ਤੁਸੀਂ ਮੇਰੇ ਕੋਲ ਹਰ ਸ਼ੈ ਵਧਾ ਸਕਦੇ ਹੋ। ਮੇਰੇ ਫਾਲਤੂ ਵਧਿਆ ਸਮਾਨ ਬਦਮਾਸ਼ ਅੰਦਰ ਹੈ, ਬਦਮਾਸ਼ ਦਾ ਨਾਲ ਹੈ। ਬਦਮਾਸ਼ ਹੀ ਕੋਈ ਨਹੀਂ, ਬੜੀਆਂ ਜੇਲਾਂ ਕੱਟੀਆਂ। ਦਸ ਭਲਵਾਨ ਕਿਹੜੀ ਕਿਹੜੀ ਜੇਲ ਕੱਟੀ? ਸਾਰੇ ਪਾਕਿਸਤਾਨ ਦੀ ਜੇਲ ਕੱਟੀ ਆ, ਲੋਹੇ ਦੀ ਆਰੀ ਨਾਲ ਥੱਲੋਂ ਕੱਟਦਾ ਰਿਹਾ ਹਲਕਾ ਹਲਕਾ। ਬੜੇ ਖਤਰਨਾਕ ਹੁੰਦੇ ਜੇਲ ਕੱਟੀ ਇਹਨੇ ਜੇਲ 6 ਮਹੀਨੇ। ਦਸ ਭਲਵਾਨ ਕਿਹੜਾ ਕੇਸ ਸੀ? ਉਹ ਮੈਂ ਖੋਤੀ ਵੋਟ ਨਾ ਬੰਨਣ ਗਿਆ, ਲੋਕਾਂ ਨੇ ਗਲਤ ਸਮਝ ਲਿਆ। ਤੈਨੂੰ ਪਤਾ ਲੱਗੇਗਾ ਮੈਂ ਬਦਮਾਸ਼ ਹਾਂ। ਮੇਰੀ ਗੱਲ ਸੁਣ, ਤੂੰ ਬਦਮਾਸ਼ ਹੈ, ਬਦਮਾਸ਼ੀ ਤੇ ਵਿਖਾ। ਇਹ ਬਦਮਾਸ਼ੀ ਕਰਦੇ ਨੇ, ਹੱਥ ਨਹੀਂ ਧੋਂਦੇ। ਇਹ ਸਾਡੀ ਕੁਆਲਿਟੀ ਆ। ਤੇਰੀ ਔਲਾਦ ਨੂੰ ਖਿੱਚਾ ਪੈਣ ਦਈ ਆ। ਮੇਰੀ ਗੱਲ ਸੁਣ, ਇੱਕ ਦਫਾ ਹੋਰ, ਹੁਣ ਨਾ ਕਰਾਈ। ਕਿਉਂ? ਉਹਦੀ ਲਾਸ਼ ਤੇਰੇ ਅੱਬੇ ਨੇ ਚੁੱਕਣੀ ਆ। ਦੋ ਦਿਨ ਹੋਏ ਦਫ਼ਤਰ ਨੂੰ, ਲੇਕਿਨ ਰਸ਼ ਨਹੀਂ ਮੁੱਕ ਰਿਹਾ ਯਾਰ। ਬਸ ਤੇਰੇ ਪਰਖੇ ਤੇਰੇ ਕੰਮ ਚੱਲ ਰਿਹਾ ਨਜ਼ਰ ਨਾ ਲੱਗ ਜਾਏ। ਜੀਰਾ ਤਕਰੀਰਾ ਗਏ ਨੇ ਜੀ, ਕਬਜ਼ਾ ਲੈ ਕੇ ਆਉਣਗੇ, ਕਬਜ਼ਾ ਲੈ ਕੇ ਹੀ ਆਉਣਗੇ ਜੀ ਸਰ। ਕੀ
ਕੀ ਹੋਇਆ ਤੈਨੂੰ? ਮੈਂ ਉਹਦਾ ਸ਼ੋਹਰ ਦਾ ਇਲਾਜ ਕਰਨ ਡਿਆ। ਤੂੰ ਤਾਂ ਕੋਮੇ ਚੋਂ ਕੱਢਣ ਗਿਆ ਸੀ? ਹਾਂ, ਤੇ ਕੋਮੇ ਚੋਂ ਕੱਢਣ ਗਿਆ ਨਾ। ਬਾ ਉਹ ਕਹਿੰਦੀ ਇਹਨੂੰ ਮੇਰੀ ਕੋਈ ਹਰਕਤ ਸਮਝ ਨਹੀਂ ਆਉਂਦੀ। ਅੱਛਾ, ਮੈਂ ਉਸਤਾਦ ਜੀ ਛੋਟੀ ਜਿਹੀ ਹਰਕਤ ਕੀਤੀ, ਉਹਨੂੰ ਸਮਝ ਆ ਗਈ, ਉੱਠ ਕੇ ਮੈਨੂੰ ਪੈ ਗਿਆ ਉਹ। ਕਾਰੀਗਰ ਪਰਖਤਾ ਵਾ, ਇਹਦਾ ਮਤਲਬ ਕਿ ਤੂੰ ਠੀਕ ਕਰਕੇ ਉਸਤਾਦ ਜੀ। ਓਏ ਤੂੰ ਤੇ ਯਾਰ ਡਾਕਟਰ, ਉਹਨੇ ਮੈਨੂੰ ਮਾਰਿਆ ਫੜ ਕੇ, ਉਹ ਮੈਨੂੰ ਪੈ ਗਿਆ ਉੱਠ ਕੇ ਜਿਵੇਂ ਕੁੱਤੀ ਬੱਚਿਆਂ ਤੋਂ ਉੱਠ ਕੇ ਪੈਂਦੀ ਆ। ਬੰਦਾ ਠੀਕ ਹੋ ਗਿਆ, ਠੀਕ ਹੋ ਗਿਆ ਸਾਡੇ ਪੈਸੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਲਓ ਜੀ, ਮੈਂ ਬੜਾ ਬੇਬਸ ਹੋ ਕੇ ਆਇਆ। ਲਓ ਜੀ, ਇੱਕ ਚੌਧਰੀ ਲੱਗਦਾ ਪਿੰਡ ਦਾ। ਮੈਂ ਪਿੰਡ ਦਾ ਚੌਧਰੀ ਆ, ਬੜੇ ਫੈਸਲੇ ਕੀਤੇ। ਅੱਛਾ, ਲੇਕਿਨ ਮੈਂ ਆਪਣੀ ਧੀ ਦੇ ਹੱਥੋਂ ਮਜਬੂਰ ਹੋ ਗਿਆ। ਕੀ ਹੋਇਆ ਜੀ? ਮੇਰੀ ਧੀ ਦੀ ਬਰਾਤ ਆਣੀ ਸੀ। ਅੱਛਾ, ਬਰਾਤ ਨਹੀਂ ਆਈ, ਸਦਮੇ ਦੀ ਵਜ੍ਹਾ ਨਾਲ ਉਹ ਪਾਗਲ ਹੋ ਗਈ ਮੇਰੀ। ਓਏ ਹੋਏ, ਕਿਤਨੀ ਤਕਲੀਫ ਦੀ ਗੱਲ ਹੈ ਕਿ ਬਰਾਤ ਨਹੀਂ ਆਈ ਔਰ ਦਾਜ ਨਾ ਹੁੰਦੀ ਵੇ ਨਾਲ ਉਹਨਾਂ ਜੰਗ ਨਹੀਂ ਲੈਂਦੀ। ਹਾਂਜੀ, ਤੇ ਬਰਾਤ ਵਾਪਸ ਆ ਚਲ ਗਏ। ਹਾਂਜੀ, ਉਹ ਯਾਨੀ ਕਿ ਉਹ ਸੇਨੀ ਤਵਾਜ਼ਨ ਉਹਨਾਂ ਦਾ ਠੀਕ ਨਹੀਂ। ਨਹੀਂ, ਪਾਗਲ ਹੋ ਗਏ ਨੇ, ਹਿੱਲ ਗਏ ਨੇ। ਹਾਂਜੀ, ਉਹ ਯਾਰ ਕਿੰਨੀ ਬੁਰੀ ਗੱਲ ਹੈ ਯਾਰ ਜੀ। ਹਾਂਜੀ, ਕਿੱਥੇ ਤੁਹਾਡੀ ਬੇਟੀ? ਬੁਲਾਓ ਬੇਟੀ ਮੇਰੀ ਇੱਥੇ ਮੇਰੇ ਨਾਲ ਹੀ ਆਈ ਸੀ। ਇਸ ਦੀ ਵਜ੍ਹਾ ਤੋਂ ਸਭ ਜੀ ਛੱਡ ਗਏ। ਹਾਂਜੀ ਯਾਰ, ਬੜਾ ਬੋਸ ਬੇਟੀਏ ਨੰਗਾ। ਇਹ ਕਿਹੜੀ ਜਗ੍ਹਾ ਹੈ? ਇਹ ਡੈਮੋ ਅੱਡਾ ਹੈ ਜੀ। ਇਹ ਕਿਹੜੀ ਜਗ੍ਹਾ ਹੈ? ਇਹ ਬਾਜ਼ਾਰੇ ਹੁਸਨ ਹੈ ਜੀ। ਤੂੰ ਕੌਣ ਹੈ? ਮੈਨੂੰ ਨਹੀਂ ਪਤਾ, ਉਹ ਤਾਂ ਬੱਤੀ ਗਈ ਸੀ। ਤੂੰ ਕੌਣ ਹੈ? ਮੈਂ ਨਵਾਂ ਚੱਲਿਆ 13-13 ਵਾਲਾ। ਤੂੰ ਮੇਰਾ ਲਾੜਾ ਹੈ? ਨਹੀਂ ਜੀ। ਤੂੰ ਮੇਰਾ ਲਾੜਾ ਹੈ? ਮੈਂ ਜੀ ਤੇਰਾ ਮੇਰਾ ਵਿਆਹ ਹੋਣਾ ਸੀ। ਅੱਛਾ ਜੀ, ਮੇਰੇ ਪਿਓ ਨੇ ਤੈਨੂੰ ਦੇਜ ਨਹੀਂ ਦਿੱਤਾ, ਤੂੰ ਮੇਰੀ ਜਾਨ ਲੈ ਗਈ ਹੈ। ਮੈਂ ਜਹੇਜ਼ ਕੀ ਕਰਨਾ ਸੀ? ਮੈਂ ਤਾਂ ਤੇਰੇ ਪਿਓ ਨੂੰ ਕਹਿਣਾ ਸੀ ਇੱਕੋ ਹੀ ਸੂਟ ਦੇ ਦੇ, ਦਿਲ ਕਰਦਾ ਹੀ ਤੇ ਇਹ ਵੀ ਲਾ ਲਾ। ਮੈਂ ਨਹੀਂ ਤੇ ਤੈਨੂੰ ਜਦੋਂ ਮਾਰ ਦਿਆਂਗੀ। ਠੀਕ ਹੈ, ਆ ਜਾ। ਅੱਛਾ ਜੀ, ਹਾਂ ਜੀ, ਪਿੱਛੇ ਹੋ ਜਾ। ਤੂੰ ਮੇਰਾ ਲਾੜਾ ਹੈ? ਮੈਂ ਜੀ। ਤੂੰ ਮੇਰੇ ਨਾਲ ਜ਼ੁਲਮ ਕੀਤਾ ਹੈ? ਮੈਂ ਇਹ ਕੁੱਤਿਆ ਬਗੈਰ ਦਾ ਕੁੱਤੀ ਨਸਲ ਦੇ ਆ ਕਿਸੇ ਅੰਨੀ ਮਾਂ ਦਾ ਬੱਚਿਆ। ਆ ਤੋ ਚੋਪੇ ਕੁੱਤੇ ਆ ਕੁੱਤੀ ਨਸ਼ਾ ਦੇ ਤੇਰਾ ਕੱਖ ਨਾ ਲਵੇ ਕਿਸੇ
ਪਾਠੇ ਛੋੜੀ ਪਰ ਆ।